ਕੇਸ ਯੂ ਆਰ ਬੋਡੀ ਹੋਰੀ ਬਾਬਾ ਭਾਈ 30 ਸਾਲਾਂ ਚ ਮੈਂ ਜੋ ਪਹਿਨ ਰਿਹਾ ਖਾ ਰਿਹਾ ਘਰ ਬਾਰ ਜੋ ਬਣਾਇਆ ਥੋੜੀਆਂ ਖੁਸ਼ੀਆਂ ਤੇ ਤੁਹਾਡੇ ਵਿਆਹ ਸ਼ਾਦੀਆਂ ਦੇ ਵਿੱਚ ਖਾਦੇ ਰਹੇ ਤੇਜਾ ਪੈ ਗਿਆ ਸੈਂਟਰ ਨਾਲ ਤੇ ਜਾ ਫਸਲਾਂ ਦੇ ਫੈਸਲੇ ਕਿਸੇ ਕਿਸਾਨ ਮਾਂ ਬੋਲੀ ਦੇ ਲਈ ਲਾਟਣ ਆਈ ਉਹਦੇ ਚੋ ਸਿਨੇਮਾ ਖੜਾ ਕੀਤਾ ਉਹਦੇ ਵਿੱਚ ਜਦ ਵੀ ਚਾਹੇ ਪੰਜਾਬੀ ਮਾਂ ਬੋਲੀ ਦੇ ਨਾਲ ਧੱਕੇ ਦੀ ਗੱਲ ਸੀ ਉਦੋਂ ਗੀਤ ਗਾਏ ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜੀ ਦਫ਼ਤਰੋਂ ਬਾਹਰ ਮੈਂ ਤੇਰੀ ਮਾਂ ਦੀ ਬੋਲੀ ਆ ਮੈਨੂੰ ਆਉਣਾ ਮਨੋ ਵਿਸਾਰ ਇੱਕ ਇੱਕ ਲਫ਼ਜ਼ ਮੂੰਹ ਚੋਂ ਕੱਢਣ ਤੋਂ ਪਹਿਲਾਂ ਸੌ ਸੌ ਵਾਰ ਸੋਚ ਜਿਹਦੇ ਨਾਲ ਤੁਹਾਡਾ ਮੱਥਾ ਲੱਗਿਆ ਇਹ ਗੱਲ ਇਹ ਸੋਸ਼ਲ ਮੀਡੀਆ ਕੀ ਦੀ ਕੀ ਬਣਾ ਦਿੰਦਾ ਤੂੰ ਮਹਿਲਾ ਵਿੱਚ ਨਿਕਲ ਕੇ ਤੱਕ ਦਿਲੀਏ ਉਹ ਮੁਰਦੇ ਨੀ ਲਏ ਬਿਨਾ ਹੱਕ ਦਿਲੀਏ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਅਤੇ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵਿੱਚ ਧਰਨੇ ਲਾ ਰਹੇ ਆ। ਸੋ ਇਸੇ ਮੌਕੇ 'ਤੇ ਨਾਮਵਰ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਉਹਨਾਂ ਦੇ ਬੇਟੇ ਅਵਕਾਸ਼ ਮਾਨ ਵੀ ਕਿਸਾਨਾਂ ਦੀ ਸਪੋਰਟ ਲਈ ਦਿੱਲੀ ਪਹੁੰਚੇ। ਸੋ ਆਓ ਆਪਾਂ ਸਭ ਤੋਂ ਪਹਿਲਾਂ ਪੂਰਾ ਲਾਈਵ ਵੀਡੀਓ ਦੇਖ ਲੈਂਦੇ ਹਾਂ। ਅਸੀਂ ਅੱਜ ਛੋਏ ਵੀ ਹਾਂ। ਮੈਂ 1980 'ਚ ਕੈਨੇਡਾ ਚਲਿਆ ਗਿਆ ਸੀ। ਲੋਕ ਰੋਟੀ ਲਈ ਉਧਰ ਜਾਂਦੇ ਆ, ਮੈਨੂੰ ਰੋਟੀ ਪੰਜਾਬ ਦੇ ਪੰਜਾਬੀਆਂ ਨੇ ਦਿੱਤੀ। 28-30 ਸਾਲਾਂ ਚ ਮੈਂ ਜੋ ਪਹਿਨ ਰਿਹਾ ਖਾ ਰਿਹਾ ਘਰ ਬਾਰ ਜੋ ਬਣਾਇਆ ਥੋੜੀਆਂ ਖੁਸ਼ੀਆਂ ਤੇ ਤੁਹਾਡੇ ਵਿਆਹ ਸ਼ਾਦੀਆਂ ਦੇ ਵਿੱਚ ਖਾਦੇ ਰਹੇ ਤੇ ਅਸੀਂ ਵੱਡੇ ਬਣ ਗਏ, ਤੁਸੀਂ ਵੱਡੇ ਬਣਾ ਤਾ ਸਨ ਤੇ ਹੁਣ ਜਦ ਤੁਹਾਡੇ ਦੁੱਖ ਦੀ ਘੜੀ ਆ, ਤੁਹਾਡੇ ਤੇ ਮੁਸੀਬਤਾਂ ਕਿਸਾਨੀ ਦੇ ਮੁਸੀਬਤਾਂ ਮੇਰੇ ਪਿਓ ਨੇ ਹਲ ਵਾਹਿਆ ਤੇ ਅਸੀਂ ਆਉਂਦੇ ਨਾ ਚੱਲ ਕੇ ਲਾਣ ਦਾ ਜਿਹੜਾ ਵੀ ਇਸ ਵਕਤ ਜਿਹੜੇ ਮਰਜ਼ੀ ਕਿਤੇ ਨਾਲ ਸੰਬੰਧਿਤ ਹੋਵੇ ਉਹ ਆਪਣੇ ਤਰੀਕੇ ਦੇ ਨਾਲ ਆਵਾਜ਼ ਨਾ ਉਠਾਵੇ ਤੇ ਇਸ ਲਹਿਰ ਦਾ ਨਾ ਹਿੱਸਾ ਬਣੇ। ਮੈਂ ਕਲਾਕਾਰਾਂ ਦੇ ਵਿੱਚੋਂ ਗਾਉਣ ਵਾਲਿਆਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਮੇਰਾ ਛੋਟਾ ਵੀਰ ਅਜੀਜ਼, ਜਿੰਨਾ ਸਿਹਤ ਦਾ ਕਮਜ਼ੋਰ ਆ ਉਹਨਾਂ ਹੌਸਲੇ ਦਾ ਤਗੜਾ, ਸਿਰ ਤਲੀ ਤੇ ਧਰ ਕੇ ਜਿਵੇਂ ਤੁਰਦੇ ਹੁੰਦੇ ਆ, ਆਪਦੀ ਸਾਰੀ ਕਲਾਕਾਰੀ ਛੱਡ ਕੇ ਤੁਹਾਨੂੰ ਸਮਰਪਿਤ। ਅਸੀਂ ਵੀ ਵਿੱਚ ਵਿੱਚ ਦੀ ਪਾਸਟ ਵਾਲੀ ਮੂੰਹ ਦਿਖਾ ਕੇ ਜ਼ਿਆਦਾ ਨਹੀਂ ਆ ਸਕੇ, ਪਰ ਉਹ ਤੁਹਾਡੇ ਨਾਲ ਤੁਰਿਆ ਹੋਇਆ ਕਮਲ ਗਰੇਵਾਲ, ਮੈਂ ਉਹਨੂੰ ਮੇਰੇ ਵੀਰ ਨੂੰ ਸਲੂਟ ਕਰਦਾ। ਉਹਦੇ ਨਾਲ ਉਸਦੇ ਨਾਲ ਹੱਥ ਚੀਮਾ ਤੇ ਅਸੀਂ ਬਾਕੀ ਸਾਰੇ ਕਲਾਕਾਰ ਵੀ ਨਾਲ ਨਹੀਂ ਭਰ ਰਹੇ। ਜਦ ਇਸ ਅੰਦੋਲਨ ਦੀ ਜਿੱਤ ਤੋਂ ਬਾਅਦ ਇਹਦੀਆਂ ਕਹਾਣੀਆਂ ਪੈਣਗੀਆਂ, ਇਹਦਾ ਇਤਿਹਾਸ ਲਿਖਿਆ ਜਾਊ ਤੇ ਸਾਡੇ ਕਲਾਕਾਰਾਂ ਦਾ ਵੀ ਉਦੋਂ ਸਿਰ ਉੱਚਾ ਹੋ ਉਸ ਇਤਿਹਾਸ ਵਿੱਚ ਲਿਖਿਆ ਜਾਊ। ਜਿਵੇਂ ਹਰ ਮੁਲਕ ਦਾ ਆਪਣਾ ਇੱਕ ਰਾਸ਼ਟਰ ਤਰਾਣਾ ਹੁੰਦਾ, ਓਲੰਪਿਕ ਖੇਡਾਂ ਹੁੰਦੀਆਂ ਉਹਨਾਂ ਦਾ ਇੱਕ ਆਪਦਾ ਗੀਤ ਹੁੰਦਾ, ਤਰਾਣਾ ਹੁੰਦਾ। ਇਸ ਸ਼ਾਂਤਮਈ ਕਿਸਾਨ ਸੰਘਰਸ਼ ਦਾ ਜਿਵੇਂ ਤਰਾਣਾ ਬਣਿਆ ਸੀ ਉਹ ਇਹਨਾਂ ਦੇ ਗੀਤ ਸੀ। ਤੇਜਾ ਪੈ ਗਿਆ ਸੈਂਟਰ ਨਾਲ ਤੇ ਜਾ ਫਸਲਾਂ ਦੇ ਫੈਸਲੇ ਕਿਸੇ ਕਿਸਾਨ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀਆਂ। ਮੈਨੂੰ ਫਖਰ ਹੈ, ਮੈਨੂੰ ਮਾਣ ਹੈ ਕਿ ਮੈਂ 18-28 ਸਾਲਾਂ ਦੇ ਵਿੱਚ ਆਪਣਾ ਖੇਤਰ ਮੇਰੀ ਮਾਲਕ ਨੇ ਡਿਊਟੀ ਇੱਕ ਗੌਮ ਜਾਂ ਜਿੰਨਾ ਵੀ ਮੈਨੂੰ ਆਉਂਦਾ ਮੈਂ ਉਹ ਕੀਤਾ। ਜਿੱਥੇ ਮੈਨੂੰ ਮਾੜੀ ਜੀ ਲੱਤ ਲਾਉਣ ਦਾ ਮੌਕਾ ਮਿਲਿਆ ਮੈਂ ਉੱਥੇ ਪੰਜਾਬੀ ਮਾਂ ਬੋਲੀ ਦੇ ਲਈ ਲੱਤ ਲਾਈ, ਉਹਦੇ ਚੋਂ ਸਿਨੇਮਾ ਖੜਾ ਕੀਤਾ। ਉਹਦੇ ਵਿੱਚ ਜਦ ਵੀ ਚਾਹੇ ਪੰਜਾਬੀ ਮਾਂ ਬੋਲੀ ਦੇ ਨਾਲ ਧੱਕੇ ਦੀ ਗੱਲ ਸੀ ਉਦੋਂ ਗੀਤ ਗਾਏ ਕਾਹਦਾ ਪੁੱਤ
ਦਾ ਰਾਜ ਭਾਗ ਮਾਖੜੀ ਦਫਤਰੋਂ ਬਾਹਰ ਮੈਂ ਤੇਰੀ ਮਾਂ ਦੀ ਬੋਲੀ ਆ ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਅੱਗੋਂ ਵੀ ਖੜਾਂਗੇ ਹਮੇਸ਼ਾ ਖੜੇ ਆ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀ ਆ ਤੁਹਾਨੂੰ ਸੁਣਨਾ ਸੀ ਤੁਹਾਡੇ ਨਾਲ ਹੈ ਅੱਜ ਦੁਨੀਆ ਦੀ ਲੜਾਈ ਹੈ ਜਿਹੜੀ ਉਹ ਕੱਲੇ ਗਰਾਊਂਡ ਤੇ ਨਹੀਂ ਲੜੀ ਜਾਂਦੀ ਸਾਰੇ ਕਲਾਕਾਰ ਅਸੀਂ ਸੋਸ਼ਲ ਮੀਡੀਆ ਤੇ ਸਮੁੱਚੇ ਦੁਨੀਆ ਭਰ ਦੇ ਪੰਜਾਬੀ ਇਨਸਾਫ ਪਸੰਦ ਹਿੰਦੁਸਤਾਨੀ ਤੁਹਾਡੇ ਨਾਲ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਲੜਾਈਆਂ ਲੜ ਰਹੇ ਨੇ ਇੰਟਰਨੈਸ਼ਨਲ ਮੀਡੀਆ ਉਹਨਾਂ ਤੱਕ ਤੁਹਾਡੀਆਂ ਗੱਲਾਂ ਪਹੁੰਚਾ ਰਹੇ ਨੇ ਮੈਂ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਦੇ ਪੈਰਾਂ ਤੇ ਚਰਨਾਂ ਤੇ ਹੱਥ ਰੱਖ ਕੇ ਮੇਰੀ ਇੱਕੋ ਗੁਜ਼ਾਰਿਸ਼ ਹੈ ਸਬਰ ਤੇ ਸੰਤੋਖ ਗੱਲ ਸੱਚੇ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਅਸੀਂ ਇਹ ਸੌ ਚੁੱਕ ਗਏ ਤੁਹਾਨੂੰ ਇਹ ਕ੍ਰੈਡਿਟ ਜਾਂਦਾ ਤੁਹਾਨੂੰ ਇਹ ਸ਼ਾਬਾਸ਼ ਮਿਲਦੀ ਹੈ ਤੁਸੀਂ ਬਹੁਤ ਜ਼ਾਬਤੇ ਵਿੱਚ ਰਹਿਣ ਵਾਲੇ ਲੋਕ ਹੋ ਕੋਈ ਮੇਰੀ ਨੌਜਵਾਨ ਜਿਹੜੇ ਕਿਸੇ ਵੀ ਜਥੇਬੰਦੀ ਦੇ ਨਾਲ ਜੁੜੇ ਆ ਨਹੀਂ ਜੁੜੇ ਆਪਣੇ ਜੋਸ਼ ਆਪਦੇ ਪਿਓਾਂ ਦੀ ਪੱਗ ਬਚਾਉਣ ਲਈ ਤੁਰੇ ਆ ਮੇਰੀ ਇੱਕੋ ਹੀ ਹੱਥ ਬੰਨ ਕੇ ਗੁਜ਼ਾਰਿਸ਼ ਆ ਤੁਹਾਨੂੰ ਮਾਰ ਉਸ ਦਿਨ ਖਾਵਾਂਗੇ ਜਿਸ ਦਿਨ ਅਸੀਂ ਆਪਦਾ ਸਬਰ ਤੇ ਸੰਤੋਖ ਚਾਹ ਬੋਲੇ ਸੋ ਲਿਹਾਰ ਅੱਜ ਦੁਨੀਆ ਸਾਨੂੰ ਦੇਖ ਰਹੀ ਹੈ ਵਰਲਡ ਮੀਡੀਆ ਸਾਨੂੰ ਇੰਟਰਨੈਸ਼ਨਲ ਮੀਡੀਆ ਦੇਖ ਲਿਆ ਕਿ ਯਾਰ ਜਿਹੜੇ ਇਹਨਾਂ ਨੂੰ ਡਾਂਗਾ ਬਣਾਉਂਦੇ ਸੀ ਗੈਸ ਦੇ ਗੋਲੇ ਸਿੱਟਦੇ ਸੀ ਇਹਨਾਂ ਤੇ ਪਾਣੀ ਦੀਆਂ ਵਿਛਾੜਾਂ ਇਹ ਉਹਨਾਂ ਨੂੰ ਪਾਣੀ ਪਿਲਾ ਰਹੇ ਆ ਉਹਨਾਂ ਨੂੰ ਲੰਗਰ ਛਕਾ ਰਹੇ ਇਦੋਂ ਵੱਡੀ ਕੋਈ ਜਿੱਤ ਨਹੀਂ ਹੋ ਸਕਦੀ ਤੁਹਾਡੀ ਸਟੇਜਾਂ ਤੋਂ ਬਹੁਤ ਹੋਈਆਂ ਹੋਣਗੀਆਂ ਮੈਂ ਕੋਈ ਮਤ ਨਹੀਂ ਦੇਣਾ ਆਪਣੀ ਸੋਝੀ ਮੁਤਾਬਕ ਜੋ ਮੈਂ ਮਹਿਸੂਸ ਕਰਦਾ ਕਿ ਬਿਲਕੁਲ ਬਿਲਕੁਲ ਕੋਈ ਅਸੀਂ ਗਲਤ ਗੱਲ ਨਹੀਂ ਕਰਨੀ ਜਿਹੜੀ ਨਿੱਕੀ ਜੀ ਮੋਹਾਂ ਨਿਕਲੀ ਗੱਲ ਸਾਡੀ ਸਾਡੀ ਮਹੀਨਿਆਂ ਦੀ ਜਿਹੜੀ ਇਹ ਲੜਾਈ ਹੈ ਅਸੀਂ ਨੂੰ ਮਿੱਟੀ ਪਾ ਦੇ ਅੱਜ ਕੱਲ ਸੋਸ਼ਲ ਮੀਡੀਆ ਫੋਨ ਸਾਡੇ ਹੱਥਾਂ ਵਿੱਚ ਆ ਬਸ ਬਾਰ ਬਾਰ ਮੇਰੀ ਇਹੀ ਗੁਜ਼ਾਰਿਸ਼ ਹੈ ਇੱਕ ਇੱਕ ਲਫ਼ਜ਼ ਮੂੰਹ ਚੋਂ ਕੱਢਣ ਤੋਂ ਪਹਿਲਾਂ ਸੌ ਸੌ ਵਾਰ ਸੋਚ ਜਿਹਦੇ ਨਾਲ ਤੁਹਾਡਾ ਮੱਥਾ ਲੱਗਿਆ ਇਹ ਗੱਲ ਇਹ ਸੋਸ਼ਲ ਮੀਡੀਆ ਕੀ ਦੀ ਕੀ ਬਣਾ ਦਿੰਦਾ ਇਸ ਕਰਕੇ ਜਿੰਨਾ ਅਸੀਂ ਜ਼ਾਬਤੇ ਵਿੱਚ ਰਹਿ ਕੇ ਚੱਲਾਂਗੇ ਓਨੀ ਜਿੱਤ ਸਾਡੀ ਹੋਰ ਨੇੜੇ ਆ ਜਿੱਤ ਤਾਂ ਪੱਕੀ ਆ ਤਾਂ ਹੋਣੀ ਹੋਣੀ ਹੈ ਉਹ ਤਾਂ ਹੋਣੀ ਹੋਣੀ ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਹੈ ਰਾਮਾ ਨੂੰ ਕਿਹੜਾ ਬੰਦ ਮਾਰੂ ਯਾਰੋ ਇਹ ਵਾਜਦਿਆਂ ਦਰਿਆ ਇਹਨਾਂ ਨੂੰ ਬੰਦ ਮਾਰ ਸਕਦਾ ਬਾਰ ਬਾਰ ਮੀਟਿੰਗਾਂ ਹੋਣਗੀਆਂ ਜਿਹੜਾ ਕਮਿਊਨੀਕੇਸ਼ਨ ਆ ਕਿਸਾਨ ਜਥੇਬੰਦੀਆਂ ਨੇ ਜਿਉਂ ਜਿਉਂ ਸੀ ਤੁਹਾਡੇ ਬਾਰੇ ਸੱਚੀ ਗੱਲ ਆ ਪਹਿਲਾਂ ਸੁਣਦੇ ਹੁੰਦੇ ਸੀ ਮਾੜਾ ਮੋਟਾ ਕਹਿ ਲਈਦਾ ਸੀ ਤੁਹਾਡਾ ਮੋਰਚਾ ਲੱਗਿਆ ਪਿਆ ਇੰਨੇ ਕਰ ਰਹੇ ਹੋ ਤੁਸੀਂ ਆਹ ਹੋਣਾ ਮਹੀਨੇ ਡੇਢ ਮਹੀਨੇ ਚ ਪਤਾ ਲੱਗ ਗਿਆ ਸੋ ਜਿਹੜਾ ਗੱਲਬਾਤ ਕਮਿਊਨੀਕੇਸ਼ਨ ਉਹ ਬੰਦ ਨਹੀਂ ਕਰਨੀ ਕਿਸੇ ਮੀਟਿੰਗਾਂ ਚ ਪੰਜ ਵਾਰੀ ਦਸ ਵਾਰੀ ਵੀਹ ਵਾਰੀ ਜਾਣਾ ਪਵੇ ਤੁਸੀਂ ਜਾ ਹੀ ਰਹੇ ਹੋ ਸੋ ਮੇਰੀ ਇੱਕੋ ਗੁਜ਼ਾਰਿਸ਼ ਸਾਡੇ ਨੌਜਵਾਨ ਵੀਰਾਂ ਨੂੰ ਆ ਕਿ ਤੱਤੇ ਨਹੀਂ ਪੈਣਾ ਕੋਈ ਗਾਲੀ ਨਹੀਂ ਕਰਨੀ ਆਪਦਾ ਡਟੇ ਰਹੋ ਅੱਜ ਨਹੀਂ ਤਾਂ ਕੱਲ ਇਹ ਜਿੱਤ ਤੁਹਾਡੀ ਹੈ ਹੋਰ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਮੈਂ ਇੱਕ ਵਾਰ ਫਿਰ ਸੱਚੇ ਮਨੋਂ ਤੁਹਾਡੇ ਨਾਲ ਜਿੰਨੇ ਜੋਗੇ ਆ ਅਸੀਂ ਤੁਹਾਡੇ ਨਾਲ ਪੂਰਾ ਪੰਜਾਬ ਇਸ ਵਾਰ ਤੁਸੀਂ ਜਿਹੜੇ ਸੋਸ਼ਲ ਮੀਡੀਆ ਤੇ ਚਾਹੇ ਦੁਨੀਆ ਨੇ ਪਾਰਟੀਆਂ ਨੇ ਆਪਦੀਆਂ ਡਰੋਨ ਆਰਮੀਆਂ ਬਣਾਈਆਂ ਜਿਹੜੀਆਂ ਸਰਹੱਦ ਦੇ ਉੱਤੇ ਬੈਠ ਕੇ ਕੰਮ ਕਰਦੀਆਂ ਪਰ ਆਪ ਮੁਹਾਰੇ ਦੁਨੀਆ ਭਰ ਦੇ ਲੋਕ ਤੁਹਾਡਾ ਜਿਹੜਾ ਕੋਈ ਗੱਲ ਆ ਤੁਹਾਡੇ ਜਿਹੜੀ ਉਹ ਗੱਲ ਕਰਦੇ ਆ ਤੁਹਾਡੇ ਬਾਰੇ
ਉਹਦਾ ਜਵਾਬ ਜੇ ਉਹਨੂੰ ਬੈਠੇ ਆ ਟ੍ਰੈਂਡਿੰਗ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਵੱਧ ਤੋਂ ਵੱਧ ਗੱਲ ਹੋ ਰਹੀ ਆ ਅੱਜ ਇਹਨਾਂ ਸੋਸ਼ਲ ਮੀਡੀਆ ਦੇ ਉਹ ਕਿਸਾਨਾਂ ਦੀ ਹੋ ਰਹੀ ਆ ਤੁਹਾਡੇ ਸੰਘਰਸ਼ ਦੀ ਗੱਲ ਹੋ ਰਹੀ ਸੋ ਮੇਰੀ ਮੀਡੀਆ ਨੂੰ ਵੀ ਖਾਸ ਤੌਰ ਤੇ ਪੰਜਾਬੀ ਮੀਡੀਆ ਨੂੰ ਇੱਕ ਭਰਾ ਹੋਣ ਦੇ ਨਾਤੇ ਉਹਨਾਂ ਨੂੰ ਵੀ ਮਿਹਨਤ ਗਲਤ ਹੈਡਲਾਈਨਸ ਤੱਤੀਆਂ ਗੱਲਾਂ ਲਿਖੋ ਹਟ ਜਾਓ ਇਹਨਾਂ ਜਾ ਕੇ ਬੈਠੋ ਤਾਂ ਸਹੀ ਦੇਖੋ ਤਾਂ ਸਹੀ ਅਸੀਂ ਕਿੰਨੇ ਔਖੀਆਂ ਲੜਾਈ ਲੜਦੇ ਕਿਵੇਂ ਰਾਤਾਂ ਨੂੰ ਸੌਂਦੇ ਆ ਸਾਡੀ ਨਿੱਕੀ ਜਿਹੀ ਬੇਵਕੂਫੀ ਚਾਰ ਵੱਧ ਕਮੈਂਟ ਚਾਰ ਵੱਧ ਵਿਊ ਲੈਣ ਲਈ ਅਸੀਂ ਜੋ ਮਰਜ਼ੀ ਲਿਖ ਦਿੰਦੇ ਹਾਂ ਸੱਚੇ ਮਾਨੋ ਮੈਂ ਫਿਰ ਕਹਿਣਾ ਇੱਕ ਇੱਕ ਲਫ਼ਜ਼ ਨਾਪ ਤੋੜ ਕੇ ਬੋਲੋ ਜਿੱਤ ਸਾਡੀ ਪੱਕੀ ਹੈ ਇੱਕ ਵਾਰ ਫਿਰ ਬਹੁਤ ਧੰਨਵਾਦ ਤੁਹਾਡੀਆਂ ਅਸੀਂ ਖੜਿਆ ਵਾਲੀ ਬੋਲੇ ਰਹਾਂਗੇ ਗੀਤ ਸਾਡੇ ਆਉਂਦੇ ਰਹਿਣਗੇ ਕਮਰ ਗਰੇਵਾਲ ਸਾਹਿਬ ਫਿਰ ਚੀਮਾ ਵਾਲੀ ਮਲਕੀ ਸਾਡਾ ਬਹੁਤ ਸਤਿਕਾਰਯੋਗ ਭਰਾ ਕਰਮਜੀਤ ਅਨੋਲ ਸਾਰਾ ਕੋਈ ਆਰਟਿਸਟ ਰਿਹਾ ਹੀ ਕੋਈ ਨਾਮ ਵੀ ਆਇਆ ਹੋਵੇ ਉਹਦੀ ਇਹ ਭਾਵਨਾ ਨਹੀਂ ਕੋਈ ਕਿਤੇ ਕਿਤੇ ਫਸਿਆ ਹੁੰਦਾ ਆਪਾਂ ਕਿਹੜਾ ਸਾਰੇ ਪਿੰਡਾਂ ਤੋਂ ਆ ਕੇ ਚੱਲ ਰਹੇ ਸੋ ਜਿਹੜੇ ਖਿੱਤੇ ਦੇ ਜਿਹੜੇ ਖਿੱਤੇ ਦੇ ਲੋਕ ਆਉਂਦੇ ਆ ਇਹ ਸਾਰੇ ਹਿੰਦੁਸਤਾਨ ਦੀ ਲੜਾਈ ਆ ਇਹ ਪੰਜਾਬੀਆਂ ਦੀ ਇਕੱਲਿਆਂ ਦੀ ਲੜਾਈ ਸਾਰੇ ਹੁਣ ਆਉਣ ਵਾਲੇ ਭਰਾ ਰਾਜ ਦੇਖਦੇ ਆਏ ਆ ਆਪਦੇ ਫੁੱਕੇ ਢੱਡੀ ਵਿੱਚ ਥਾਂ ਥਾਂ ਰਾਜਸਥਾਨ ਸੋ ਸਾਰੇ ਤੁਹਾਡੇ ਨਾਲ ਨੇ ਪਰਮਵੀਰ ਹੁਣੀ ਢੀਂਸਾ ਸਾਹਿਬ ਮੇਰਾ ਬੇਟਾ ਆਕਾਸ਼ ਮਾਨ ਉਹ ਨਾਲ ਆਇਆ ਅਸੀਂ ਸਾਰੇ ਤੁਹਾਡੇ ਨਾਲ ਆ ਬਾਈ ਜੀ ਉਹਨਾਂ ਨੇ ਕਿਹਾ ਮੈਂ ਅੱਜ ਗਾਣਾ ਇੱਕ ਗਾ ਕੇ ਜਾਣੀ ਹੋਰ ਮੈਂ ਆਇਆ ਕਿਹੜਾ ਮੈਂ ਇਹ ਮੂਹਰੇ ਬੈਠੇ ਆ ਮੈਂ ਇੰਨੀ ਆ ਮੈਥੋਂ ਵਧੀਆ ਗਾਉਂਦੇ ਆ ਕਮਰ ਬੁੜੀ ਜਿਵੇਂ ਕਰਮਜੀਤ ਬੁੜੀ ਮੇਰਾ ਨਾਮ ਹੀ ਲੋਟ ਆ ਗਿਆ ਲੈਣਾ ਸੁਣ ਕੇ ਆਪਦੇ ਬਾਰੇ ਲੋਕੋ ਬਾਈ ਜੀ ਹੋਣਾ ਦੇ ਗਾਣੇ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਲੱਗਿਆ ਮੈਂ ਥੋੜਾ ਜਿਹਾ ਠੰਡੇ ਗਾਣੇ ਗਾਉਣਾ ਹੁੰਦਾ ਪਰ ਮੈਂ ਕਿਹਾ ਮੈਂ ਵੀ ਚਲੋ ਥੋੜਾ ਜਿਹਾ ਰੰਗ ਵੀ ਗਾ ਦਈਏ ਥੋੜਾ ਜਿਹਾ ਕੇ ਪੱਕੇ ਹੋਏ ਨਾਲ ਭਰੇ ਆਉਂਦੇ ਦੇ ਉਹ ਮੇਲਾ ਵਿੱਚੋਂ ਨਿਕਲ ਕੇ ਪੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਉਹ ਮੇਲਾ ਵਿੱਚੋਂ ਨਿਕਲ ਕੇ ਪੱਕੇ ਦਿੱਲੀਏ ਨਿਓ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਤੂੰ ਮੇਲਾ ਵਿੱਚੋਂ ਨਿਕਲ ਕੇ ਤੱਕ ਦਿੱਲੀਏ ਇਹ ਮੁਰਦੇ ਨੀ ਲਏ ਬਿਨਾਂ ਹੱਕ ਦਿੱਲੀਏ ਸਬਰ ਸੰਤੋ ਸਬਰਾਂ ਨੂੰ ਪੱਲਿਆਂ ਚ ਬੰਨ ਨਿਕਲੇ ਇਹ ਛੇ ਛੇ ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਚੀਦੇ ਹੋਈ ਨੀ ਛੇ ਛੇ ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਨੀ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਹੁਣ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਨੀ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ ਹੁਣ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ ਇਹ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ ਸਾਰੇ ਸਾਰੇ ਕ੍ਰਿਸ਼ਨ ਕਲਿਆਣ ਸਿੰਘ ਬਾਸ ਦਾ ਚਿਹਰਾ ਮੈਂ ਕਦੇ ਕਾਫੀ ਰੱਖੀ ਗੂਰ
सो दोस्तों जिवें तुसीं वीडियो देखी जिस विच हरभजन मान साहब ने किसानां दी सपोर्ट कीती ते नाल दी नाल किसानां दे हौसला अफजाई लई उन्होंने एक बहुत ही वधिया गाना गाया। सो मैनूं उम्मीद है कि तुहानूं इह वीडियो पसंद आई होगी। सो दोस्तों जेकर तुहानूं वीडियो पसंद आई ते तुसीं किसानां दी सपोर्ट करदे हो तां वीडियो नूं लाइक जरूर करो ते जो गल्लां हरभजन मान साहब ने कहियां उन्हां बारे तुहाडे की विचार आ कमेंटां विच जरूर दस्सिओ ते इस वीडियो नूं वध तों वध शेयर कर दिओ तां जो इह वीडियो देश दे हर एक नौजवान ते किसान तक पहुँच सके ते होर ताज़ा अपडेट्स लई अपने चैनल नूं जरूर सबसक्राइब कर लो ते नाल आ रहे बैल दे बटन ते क्लिक कर दिओ तां जो अपनी हर एक वीडियो तुहाडे तक सब तो पहला पहुँच सके। सो जी इन्हें शब्दों ना लैने इजाजत, मिलते हैं किसी होर वीडियो नाल। सत श्री अकाल जी।